ਕਹਿੰਦਾ ਐਸਾ ਹੋਇਆ ਨਹੀਂ ਉਹ ਕਦੇ, ਐਸਾ ਹੋਇਆ ਨਹੀਂ ਉਹ ਕਦੇ, ਮਾਰਾਂ ਟਰਨ ਮੈਂ ਜਦੇ ਤੇ ਗੱਡੀ ਗੁਰੂ ਘਰੇ ਰੁਕੇ ਬਿਨਾਂ ਲੰਘੀ ਗੋਰੀਏ। ਆ ਹੈ ਗੱਲ ਗੱਭਰੂ ਦੀ ਚੰਗੀ ਗੋਰੀਏ। ਤੁਹਾਡਾ ਆਪਣਾ ਰਵਿੰਦਰ ਸਿੰਘ ਸ਼ੇਰਗਿੱਲ ਉਰਫ ਆਰ ਵੀ ਸ਼ੇਰਗਿੱਲ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਤੇ ਜਿਹਦਾ ਨਾਮ ਹੈ 0300 ਵਾਲੇ। ਮੈਨੂੰ ਆਹ ਹੀ ਨਹੀਂ ਖੋਲਣੇ ਆਏ ਅੱਜ ਤੱਕ। ਤੇ ਯਾਰ ਗੱਲ ਪਤਾ ਕੀ ਹੋਈ, ਅੱਜ ਅਸੀਂ ਮੈਂ ਆ ਭੂਮਾ ਆ ਤੇ ਨਾਲ ਮੇਰੇ ਸਨੀ ਆ, ਤੇ ਯਾਰ ਕੱਲ੍ਹ ਆਪਣੇ ਮੁੰਡੇ ਆਏ ਸੀਗੇ ਕੁੱਕੜ ਪਿੰਡ ਆ, ਕੁੱਕੜ ਪਿੰਡ ਤੋਂ ਆਉਂਦੇ ਹੁੰਦੇ ਆ ਤੇ ਕਈਆਂ ਨੇ ਪਿੰਡ ਤੋਂ ਕਹਿਣਾ ਕਿੱਦਾਂ ਦਾ ਪਿੰਡ ਦਾ ਨਾਂ, ਕੁੱਕੜ ਪਿੰਡ ਬਹੁਤ ਮਸ਼ਹੂਰ ਆ। ਕੁੱਕੜ ਪਿੰਡ ਤੋਂ ਮੁੰਡੇ ਆਉਂਦੇ ਹੁੰਦੇ ਆਪਣੇ ਯਾਰ ਦੋਸਤ, ਅਤੇ ਉਹਨਾਂ ਦਾ ਕਿਸੇ ਨਾਲ ਮਤਲਬ ਫੋਨ 'ਤੇ ਬਹਿਸ ਹੋ ਗਈ ਟੋਚਨ ਤੋਂ ਕਿ ਤੇਰੇ ਕੋਲ ਫਲਾਨਾ ਟਰੈਕਟਰ ਆ ਅਤੇ ਮੇਰੇ ਤੋਂ ਫਲਾਨਾ ਟਰੈਕਟਰ ਆ, ਪਾਲੀ ਟੋਚਨ, ਪਾਲੀ ਟੋਚਨ ਦੇਖ ਲਈ। ਹੁਣ ਇਨਾਮ ਦੀ ਰਕਮ ਚੱਲ ਗਈ ਆ 50,000, 50,000 ਇਨਾਮ ਦੀ ਰਕਮ ਚੱਲ ਗਈ ਆ। ਹੁਣ ਜਾ ਕੇ ਦੇਖਦੇ ਹਾਂ ਕੀ ਕਿਹੜਾ ਜਿੱਤਦਾ। ਹੁਣ ਮੈਨੂੰ ਇਹ ਵੀ ਨਹੀਂ ਪਤਾ ਟਰੈਕਟਰ ਕਿਹੜੇ ਕਿਹੜੇ ਤਿਆਰ ਕੀਤੇ ਉਹਨਾਂ ਨੇ, ਕਿਉਂਕਿ ਜਾ ਕੇ ਦੇਖਦੇ ਹਾਂ। ਅਤੇ ਬਾਕੀ ਯਾਰ ਬਲੌਗ ਜੈ ਜੈਕਾਰ ਹੀ ਹੋਇਆ ਕਰਨਗੇ, ਠੀਕ ਆ। ਜੈ ਜੈਕਾਰ ਕਹਿਤਾ ਨਾ, ਜੈ ਜੈਕਾਰ ਬਾਬਾ ਮਿਹਰ ਕਰੇ। ਮਤਲਬ ਕੀ ਚੱਕਰ ਆ, ਚੱਕਰ ਇਹ ਪੈ ਜਾਂਦਾ ਲਾਈਕ ਨਹੀਂ ਕਰਦੇ ਤੁਸੀਂ ਬਲੌਗ, ਲਾਈਕ ਵਾਲਾ ਬਟਨ ਨਹੀਂ ਦੱਬਦੇ, ਅੱਗੇ ਦੱਬ ਦਿੰਦੇ ਹੁੰਦੇ ਸੀ। ਪਤਾ ਨਹੀਂ ਕੀ ਚੱਕਰ ਆ, ਕਈ ਭਰਾਵਾਂ ਦੀ ਤਬੀਅਤ ਢਿੱਲੀ ਰਹਿੰਦੀ ਆ, ਕਈ ਕਈ ਆਹੋ ਲੰਮੇ ਪੈ ਕੇ ਬਲੌਗ ਦੇਖਦੇ ਆ ਤੇ ਕਈ ਰੋਟੀ ਖਾਂਦੇ ਦੇਖਦੇ ਆ, ਉਹ ਬਸ ਇੰਨੀ ਹਿੰਮਤ ਨਹੀਂ ਕਰਦੇ ਕੌਲੀ ਛੱਡ ਕੇ ਲਾਈਕ ਦਾ ਬਟਨ ਦੱਬ ਦਈਏ। ਯਾਰ ਭਰਾ ਆਇਆ ਤੇ ਦੱਬ ਦੋ, ਭਰਾ ਲਈ ਇੰਨਾ ਵੀ ਨਹੀਂ ਕਰੂੰਗੇ ਭਰਾ। ਏਦਾਂ ਦੀ ਹਾਲਤ ਹੋ ਜਾਂਦੀ ਜਿੱਦਾਂ ਮੌਕਾ ਮਿਲੇ ਤੁਸੀਂ ਵੀ ਸਾਨੂੰ ਬੋਲ ਲੈਂਦੇ, ਘੜੀ ਬੋਲ ਲੈਂਦੇ, ਮੈਂ ਥੋੜੇ ਜਿਹਾ ਹੀ ਬੋਲਣਾ ਬਾਅਦ ਤੁਹਾਨੂੰ ਮੌਕਾ ਨਹੀਂ। ਮੈਂ ਬੋਲੇ ਮਨੋਵਲ ਵਾਦਾ, ਮਨੋਵਲ ਮੇਰਾ ਵੀ ਵਧ ਰਿਹਾ ਇਸ ਵੇਲੇ ਕਿਉਂਕਿ ਜ਼ਰੂਰੀ ਗੱਲ ਕਰ ਰਿਹਾ। ਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਸਿਰਫ ਸਾਡੀ ਇਹੀ ਗੁਜ਼ਾਰਿਸ਼ ਆ, ਨਹੀਂ ਭਾਵੇਂ ਲਾਈਕ ਕਰਿਆ ਕਰੋ, ਹੋਰ ਨਹੀਂ ਲਾਈਕ ਕਰਿਆ ਕਰੋ ਵੀਡੀਓ ਨੂੰ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ, ਠੀਕ ਆ। ਇਹਦੇ ਨਾਲ ਕੀ ਹੁੰਦਾ ਆ, ਸਾਨੂੰ ਪਤਾ ਲੱਗਦਾ ਕਿ ਹਾਂ ਵੀ ਤੁਸੀਂ ਸਾਨੂੰ ਪਿਆਰ ਕਰ ਰਹੇ ਹਾਂ, ਮਨੋਬਲ ਵੱਧਦਾ, ਜਿੱਦਾਂ ਇਹਨੇ ਕਿਹਾ ਹੀ ਆ ਮਨੋਬਲ ਵੱਧਦਾ। ਤੇ ਦੋ ਧਿਰਾਂ ਇਕੱਠੀਆਂ ਹੋਣੀਆਂ, ਤੁਹਾਨੂੰ ਪਤਾ ਦੋ ਧਿਰਾਂ ਇਕੱਠੀਆਂ ਹੋਣ ਤੇ ਉੱਧਰੋਂ ਵੀ ਜ਼ਿਆਦਾ ਮੁੰਡੇ ਹੋਣਗੇ, ਉੱਧਰੋਂ ਵੀ ਜ਼ਿਆਦਾ ਮੁੰਡੇ ਹੋਣਗੇ, ਉਹ ਹੁੱਲੜਬਾਜੀ ਕਰਨੀ ਉਹਨਾਂ ਨੇ। ਦਾਣਾ ਮੰਡੀ ਕਿੱਥੇ, ਉੱਕੜ ਪਿੰਡ ਦੀ ਕੈਪੀਟਲ ਬੈਂਕ ਆਉਣੀ ਉੱਥੇ, ਤੇ ਕੈਪੀਟਲ ਬੈਂਕ ਤੋਂ ਆਪਾਂ ਮੁੜ ਜਾਣਾ ਸੱਜੇ, ਤੇ ਸੱਜੇ ਮੁੜ ਕੇ ਆਪਾਂ ਜਾਣਾ ਦਾਣਾ ਮੰਡੀ। ਦਾਣਾ ਮੰਡੀ ਸਿੱਧਾ ਰੋਡ ਤੇ ਆ ਜਾਂਦੀ ਹੋਣੀ ਆ, ਉੱਥੇ ਖੜੇ ਆ ਜਾਂਦੇ ਜੇ ਉਹ ਪੀਂਦੇ ਪੂੰਦੇ ਹੋਏ ਨਾ। ਉਹ ਆਪਣੇ ਬੰਦਿਆਂ ਨੂੰ ਸਮਝਾ ਦੇਣਾ ਆਪਾਂ ਕਿ ਪੀਣ ਖਾਣ ਵਾਲਾ ਕੰਮ ਨਾ ਕਰੋ, ਸ਼ਾਮ ਦਾ ਟਾਈਮ ਆ ਤੁਸੀਂ ਆਪਸ ਚ ਫਸੂਗੇ, ਕਿਉਂਕਿ ਕੰਮ ਫਸਣ ਵਾਲਾ ਹੀ ਹੋਇਆ ਪਿਆ ਆ। ਉਹ ਕਹਿੰਦਾ ਮੈਂ ਜਿੱਤਣਾ, ਉਹ ਕਹਿੰਦਾ ਮੈਂ ਜਿੱਤਣਾ, ਇਹ ਹੁੰਦਾ ਐਜ਼ ਆ ਫਨ, ਐਜ਼ ਆ ਫਨ ਸਾਰਿਆਂ ਨੂੰ ਦੱਸਣਾ ਚਾਹੁੰਦਾ ਐਜ਼ ਆ ਫਨ। ਇਹਨਾਂ ਨੇ ਸ਼ਰਤਾਂ ਰੱਖ ਲਈਆਂ 50,000 ਦੀਆਂ, ਠੀਕ ਹੈ, ਕੱਲ 50,000 ਦੀਆਂ ਸ਼ਰਤਾਂ ਰੱਖਦੇ ਤੇ ਅੱਜ ਕੰਮ ਹੋਰ ਵਧਿਆ ਹੋਇਆ ਆ। ਤੇ ਜੇ ਪੀਤੀ ਖਾਧੀ ਹੋਈ ਉਹਨਾਂ ਨੂੰ ਕਹਿਣਾ ਚਲੋ ਜੀ ਇਹੀ ਚੱਲਦੇ ਆ, ਤੁਸੀਂ ਕਰੀ ਜੋ ਜੋ ਕਰਨਾ, ਇਹ ਕੰਮ ਨਹੀਂ ਕਰਨਾ, ਐਜ਼ ਆ ਫਨ ਕਰੋ, ਠੀਕ ਹੈ। ਇਹ ਵੀ ਆਏ ਆ ਇੰਨੀ ਦੂਰੋਂ, ਦੇਖੋ ਇਹ ਮੁੰਡੇ ਜਿਹੜੇ ਆ, ਇਹ ਮੁੰਡੇ ਮੈਨੂੰ ਪਰਸਨਲੀ ਜਾਣਦੇ ਨਹੀਂ, ਮੈਨੂੰ ਮਿਲਣ ਆਏ ਸੀ, ਪਿਆਰ ਪੈ ਗਿਆ ਬਹੁਤ, ਠੀਕ ਹੈ, ਜਿੱਦਾਂ ਮਨੀ ਮਿਲਣ ਆਏ ਪਿਆਰ ਪੈ ਗਿਆ, ਰੱਬ ਵੀ ਮਿਲਣ ਆਏ ਪਿਆਰ ਪੈ ਗਿਆ, ਨੰਦੂ ਮਿਲਣ ਆਏ ਪਿਆਰ ਪੈ ਗਿਆ,
ਬਾਗੀ ਮੈਨ ਲਾ ਪਿਆਰ ਪੈ ਗਿਆ, ਇਹਨਾਂ ਨਾਲ ਵੀ ਏਦਾਂ ਪਿਆਰ ਪੈ ਗਿਆ, ਮੈਂ ਰਹਿ ਗਿਆ ਭਾਜੀ। ਤੂੰ ਤਾਂ ਯਾਰ ਘਟਨਾ ਦਾ ਇਹ ਪਿੰਡ ਦਾ ਹੀ ਨਾ, ਮੈਨ ਲਾ ਇਹਦੀ ਗੱਲ ਕਰਦਾ ਕਿ ਮਤਲਬ ਪਹਿਲਾਂ ਨੀ ਸੀ ਜਾਣਦੇ ਕਹਿਣ ਤੋਂ ਭਾਵ, ਫੇਰ ਉਹ ਵੀ ਬੰਦੇ ਮੇਰਾ ਪਿਆਰ, ਮੇਰਾ ਪਿਆਰ ਪੁਰਾਣਾ ਹੈ ਨਾ ਭਾਜੀ, ਰੱਬ ਉਹਨਾਂ ਨੇ ਵਧਿਆ, ਬਾਗੀ ਉਹਨਾਂ ਨੇ ਵਧਿਆ ਤੇ ਕਿੱਧਰ ਨੂੰ ਨਹੀਂ ਸਾਈਡ ਦੀ ਜਾਣ ਦੇਣਾ, ਓਦਾਂ ਇਹਨਾਂ ਨਾਲ ਵੀ ਵਧਿਆ ਹੋਇਆ ਪਿਆਰ, ਏਦਾਂ ਪਿਆਰ ਵਧਿਆ ਹੋਇਆ ਪਹਿਲਾਂ ਇਹ ਵੀ ਨੀ ਜਾਣਦੇ, ਤੇ ਫਿਰ ਪਰ ਉਹ ਵੀ ਦੇਖਦੇ ਆ ਕਿ ਕਿੰਨੀ ਕੁ ਆਪਣੀ ਕਦਰ ਕਰਦੇ ਆ, ਅੱਜ ਪਤਾ ਲੱਗ ਜੂ ਕਿੰਨੀ ਕਦਰ ਕਰਦੇ ਆ ਜੇ ਹੁੱਲੜਬਾਜੀ ਕੀਤੀ, ਕਿਉਂਕਿ ਬਾਕੀ ਜਿੰਨੇ ਵੀ ਜਾਣਿਆਂ ਦਾ ਮੈਂ ਨਾਂ ਲਿਆ ਉਹਨਾਂ ਨੇ ਜੇ ਕਦੀ ਪਿੰਡ ਵੀ ਸੱਦਿਆ ਨਾ ਪੂਰਾ ਇੱਜ਼ਤ ਮਾਣ ਕੀਤਾ ਆ, ਠੀਕ ਆ ਆਪਾਂ ਇਹਨਾਂ ਦੇ ਪਿੰਡ ਚੱਲੇ ਜੇ ਹੁੱਲੜਬਾਜੀ ਕੀਤੀ ਤਾਂ ਫਿਰ ਬਾਅਦ ਚ ਦੇਖਿਓ ਫਿਰ ਫਿਰ ਭਰਾ ਬਣਾ ਹੈ ਨੀ ਗਾ, ਕਿਉਂਕਿ ਸਹੀ ਗੱਲ ਆ ਇੰਨੇ ਬੰਦਿਆਂ ਦਾ ਨਾਂ ਲਿਆ ਪਿੰਡ ਗਿਆ ਇੱਥੇ ਵੀਡੀਓ ਪਈਆਂ ਸਾਰਿਆਂ ਨੇ ਇੱਜ਼ਤ ਮਾਣ ਇੰਨਾ ਕੀਤਾ, ਠੀਕ ਆ ਤੇ ਪਰ ਉਹ ਵੀ ਇੱਦਾਂ ਨੈੱਟ ਥਰੂ ਹੀ ਮਿਲੇ ਸੀਗੇ, ਜਾਣਦੇ ਜੂਣਦੇ ਨਹੀਂ ਸੀਗੇ, ਠੀਕ ਆ ਪਰ ਪਿਆਰ ਪੈ ਜਾਂਦਾ ਬਾਅਦ ਚ ਬੰਦੇ ਨਾਲ ਕਿ ਨਹੀਂ, ਬਿਲਕੁਲ ਭਾਈ ਪਰ ਮੈਨੂੰ ਪਤਾ ਹੀ ਆ ਜਦੋਂ ਆਪਾਂ ਗਏ ਸੀ ਉਧਰ ਹੈ ਨਹੀਂ ਹੈ ਇਹ ਗੱਲਾਂ ਵੱਖਰੀਆਂ ਹੋ ਗਈਆਂ, ਪਰ ਗੱਲ ਇਹ ਆ ਕਿ ਵਰਤਦੇ ਵਧੀਆ ਹੀ ਗਿਆਂ ਦੀ ਇੱਜ਼ਤ ਵਧੀਆ ਕਰਦੇ ਹੀ ਵਧੀਆ ਮਿਲਦੇ, ਜੇ ਉਹ ਇਹਨਾਂ ਨੂੰ ਵੀ ਇਹੀ ਚਾਹੀਦਾ ਵਧੀਆ ਕਰਨ ਇੱਧਰ ਚੜੋ ਭਾਜੀ ਰੋਡ ਤੇ ਚੜ ਲੋ, ਰੋਡ ਤੇ ਤਾਂ ਮੈਂ ਇੱਧਰ ਹੀ ਲਾਉਣਾ ਯਾਰ ਲਹਾ ਰੋਡ ਕਿੱਦਾਂ ਅੱਧ ਵਿਚਾਲਾ ਹੀ ਕਰਨਾ ਪੈਣਾ, ਅੱਧਾ ਘਰ ਅੰਦਰ ਅੱਧਾ ਘਰ ਅੰਦਰ, ਅਗਾਹ ਕੁੱਕੜ ਪਿੰਡ ਹੀ ਆ ਤਾਂ ਫਿਰ ਕੁੱਕੜ ਪਿੰਡ ਵਾਲੀ ਮੰਡੀ ਕਿੱਥੇ ਆ ਫਿਰ, ਮੈਂ ਤਾਂ ਕਿਹਾ ਸੜਕ ਪਾਉਂਦੀ ਹੈ ਨਾ ਖਰਾਬ ਇੱਕ ਸਾਈਡ ਤੋਂ, ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਇਹ ਕਈ ਕਹਿੰਦੇ ਹੋਣੇ ਆ ਟੋਚਨ ਕਾਹਦੇ ਪਾਉਣ ਲੱਗੇ, ਮੈਂ ਆਪਣਾ ਚੈਨਲ ਜਦੋਂ ਸਟਾਰਟ ਕੀਤਾ ਟਰੈਕਟਰਾਂ ਦੇ ਟੋਚਨ, ਗੱਡੀ ਨਾਲ ਟਰੈਕਟਰ ਦਾ ਟੋਚਨ, ਏਦਾਂ ਚੈਨਲ ਦੇ ਲੱਖ ਫੋਲੋਵਰ ਗੱਜਦੇ ਸੀ ਬੜੀ ਛੇਤੀ, ਏਦਾਂ ਉਦੋਂ ਭਾਜੀ ਮੈਂ ਨਾਲ ਹੀ ਸੀ, ਹਾਂ ਤੂੰ ਵੀ ਨਾਲ ਸੀਗਾ ਤੇ ਭੋਮਾ ਉਦੋਂ ਕੰਮ ਕਰਦਾ ਹੁੰਦਾ ਹੋਰ, ਹਾਂਜੀ ਬਹੁਤ ਛੇਤੀ ਤੁਸੀਂ ਪਿਆਰ ਦਿੱਤਾ ਟੋਚਨ, ਕਈ ਮੁੰਡੇ ਬਹੁਤ ਪਸੰਦ ਕਰਦੇ ਆ ਹਨਾ, ਪਰ ਮੈਂ ਅੱਜ ਉਸ ਚੱਕਰ ਚ ਨੀ, ਅੱਜ ਤਾਂ ਇਹਨਾਂ ਦੀ ਫਸੀ ਆ ਗਰਾਰੀ ਤੇ ਮੈਂ ਕਿਹਾ ਕੱਢ ਲਓ, ਪਰ ਜਿਹੜੀ ਅਸਲ ਗੱਲ ਆ ਪਤਾ ਕਿਹੜੀ ਆ, ਅਸਲ ਗੱਲ ਜਿਹੜੀ ਹੋਈ ਸੀ ਜਿਹੜਾ ਮੁੰਡਾ ਕਰਨ ਆ ਉਹਦੇ ਕੋਲ ਮੈਸੀ ਆ ਤੇ ਦੂਜੇ ਕੋਲ ਸੱਟ ਆ, ਅਸਲ ਗਰਾਰੀ ਹੋਈ ਸੀ ਕਿ ਅਸਲ ਗਰਾਰੀ ਹੋਈ ਸੀ ਕਿ ਮੈਸੀ ਤੇ ਸੱਠ ਦਾ, ਉਹ ਕਹਿਣ ਡਿਆ ਸਾਡੇ ਮੈਸੀ ਨਾਲ ਤੇਰੇ ਸੱਠ ਦਾ ਮੁਕਾਬਲਾ ਨੀ, ਮੈਂ ਕੁਛ ਹੋਰ ਲਿਆਊਂਗਾ ਛੱਤੀ ਤੀ ਲਿਆਊਂਗਾ, ਉਹ ਕਹਿੰਦਾ ਗੱਲ ਤਾਂ ਭਾਜੀ ਮੈਸੀ ਦੀ ਆ ਬਾਕੀ ਹੁਣ ਜਿਹੜਾ ਮਰਜ਼ੀ ਲਿਆ ਹੋਵੇ ਤੁਸੀਂ ਦੇਖ ਲਓ, ਬਾਕੀ ਹੁਣ ਦੇਖਦੇ ਉਸ ਦਾ ਕਿਹੜਾ ਆ, ਜਿਹੜਾ ਮਰਜ਼ੀ ਹੋਇਆ ਟੋਚਨ ਤਾਂ ਪਾਉਣਾ ਹੀ ਪੈਣਾ, ਹੁਣ ਆਹ ਹੋਣੀ ਚਾਹੀਦੀ ਪਰ ਨਹੀਂ ਆ ਹੋਈ, ਮੰਡੀ ਲੱਗਦੀ ਭਾਈ ਯਾਰ ਮੰਡੀ ਆ, ਹੋਰ ਕੀ ਹੈ ਕਲੋਨੀ ਲੱਗਦੀ, ਕਲੋਨੀ ਕੋਈ ਲੈ ਵੀ ਆਹ ਖੜੇ ਬਾਕੀ ਪੂਰੀ ਤਿਆਰੀ ਚ ਦੇਖ, ਇੱਕ ਧਰ ਖੜੀ ਮੇਰੇ ਮਿੱਤਰੋ ਇਹਲੇ ਇੱਕ ਧਰਿਆ ਦੂਜਾ ਆਇਆ ਨੀ, ਉਹਨੇ ਦੇਖ ਕੇ ਮੁੜ ਜਾਣਾ ਭਰਾ ਮੇਰੇ ਨੇ ਕਿ ਇੰਨੇ ਜਾਣੇ ਖੜੇ ਆ, ਇਹ ਤਾਂ ਅਰਜਨ ਕਰੀ ਫਿਰਦਾ, ਇਹਨੇ ਮੈਸੀ ਕਹਿ ਕੇ ਅਰਜਨ ਲਿਆਂਦਾ ਮਹਾਰਾਜ, ਇਹਨੇ ਮੈਸੀ ਕਹਿ ਕੇ ਅਰਜਨ, ਇਹ ਧੋਖਾ ਆ ਮੇਰੇ ਵੀਰੇ ਓ, ਇਹ ਧੋਖਾ ਕਰ ਗਿਆ ਉਹਨਾਂ ਯਾਰ, ਕਿੰਨੇ ਜਾਣੇ ਪਹਿਲਾਂ ਬੰਦੇ ਘੱਟ ਦੋ ਨੰਗ ਹੈ ਸੀ, ਆਹ ਦੋ ਆਹ ਖੜੇ ਚਾਰ ਪੰਜ ਛੇ ਸੱਤ ਅੱਠ ਨੌ ਤਾਂ ਮੈਨੂੰ ਦੱਸ ਆ, ਲਓ ਵੀ ਮੇਰੇ ਵੀਰੇ ਇਹ ਦੱਸ ਜਾਣੇ ਮੇਰੇ ਭਰਾ ਖੜੇ ਆ, ਦੋ ਆਹ ਖੜੇ ਆ, ਲਓ ਬਣਾਈਏ ਨਾ ਲੂਮੀ ਨਾਟੀ ਦਾ ਨਜ਼ਾਰਾ, ਲੈ ਵੀ ਟੋਚਨ ਵੀ ਪੂਰੀ ਤਿਆਰੀ ਕਰਕੇ ਬੈਠੇ ਆ,
ਮੇਰੇ ਵੀਰੋ ਕਿਦਾਂ ਹਾਲ ਚਾਲ ਬੰਦਾ ਆਏ ਦੇਖ ਲਾ ਆਏ ਨੀ ਹਜੇ ਤੱਕ 2 ਘੰਟੇ ਹੋ ਗਏ ਆ ਬਲੌਗ ਬਣਦਾ ਉਹਨਾਂ ਦੇ ਪਿੰਡ ਜਾ ਕੇ ਆਉਣਾ ਫਿਰ ਪਿੰਡ ਹੀ ਆਉਗੇ ਇਹਦੇ ਵਿੱਚ ਧੋਖਾ ਆ ਦੇਖ ਲੈ ਯਾਰ ਹਜੇ ਤੱਕ ਨਹੀਂ ਆਏ ਆ ਆ ਤਾਂ ਮਾੜੀ ਗੱਲ ਆ ਇਹ ਤਾਂ ਬਹੁਤੀ ਮਾੜੀ ਗੱਲ ਆ ਹੋਰ ਵੀਰੇ ਸਤਿ ਸ੍ਰੀ ਅਕਾਲ ਕਿਦਾਂ ਸਤਿ ਸ੍ਰੀ ਅਕਾਲ ਆ ਗਿਆ ਵੀਰੇ ਚਲੋ ਬਾਹਰ ਆ ਜਾਓ ਸਾਰਿਆਂ ਨੂੰ ਕਿ ਚੈਲੰਜ ਕਿੰਨੇ ਦਾ ਆ ਗੱਲ ਹੌਲੀ ਹੌਲੀ ਕਿੰਨੇ ਚ ਪਹੁੰਚੀ 50,000 ਚ ਦੇਖਦੇ ਆ ਹੁਣ ਕੀ ਬਣਦਾ 50,000 ਵੀ ਬਹੁਤ ਹੁੰਦਾ ਜਿਆਦਾ ਹੋ ਜਾਂਦਾ ਸਾਲਿਆ ਟ੍ਰੈਕਟਰ ਲੈ ਕੇ ਜਿਹੜਾ ਆਏ ਤੁਸੀਂ ਕਹਿ ਕੇ ਸਾਲਿਓ ਮੈਸੀ ਚੱਲ ਸਾਲਿਆ ਉਹਦਾ ਡੈਡੀ ਚਾਬੀ ਨੀ ਦਿੰਦਾ ਕਹਿੰਦਾ ਆਪ ਮੈਸੀ ਕਹਿ ਕੇ ਅਰਜਣ ਲਈ ਖਰਾਬ ਦੇ ਕਿੱਡੇ ਆ ਹਾਂ ਇਹਨੇ ਸ਼ਰਤ ਇਹਦੀ ਸੀ ਇਹਦਾ ਨਾ ਕਾਰਨ ਆ ਗੱਲਾਂ ਕਰਨੀਆਂ ਛੱਡ ਦੇ ਓਏ ਤੂੰ ਕੱਲ ਵੀ ਕਰਦਾ ਸੀ ਤੁਸੀਂ ਛੱਡ ਦੋ ਆ ਗੱਲਾਂ ਇਹ ਕੰਨਾਂ ਚ ਗੱਲਾਂ ਕਰਨ ਵਾਲੇ ਨਾ ਬਹੁਤ ਗੰਦੇ ਬੰਦੇ ਮੰਨੇ ਜਾਂਦੇ ਸੀ ਕਰਨ ਨੂੰ ਦੱਸ ਯਾਰ ਯਾਰ ਸਮਝ ਵੱਡਾ ਹੋਣ ਡਿਆ ਸਮਝਾਓ ਕੰਨ ਚ ਤਾਂ ਗੱਲ ਕਰਦੇ 50,000 ਦੀ ਸ਼ਰਤ ਤੁਹਾਡੀ ਤਾਂ ਜਾਇਜ਼ ਆ ਫੇ ਹੈ ਤੁਹਾਨੂੰ ਮਾਣ ਆ ਤੇ ਉਹ ਵੀਰਾ ਆਇਆ ਨੀ ਉਹਨੂੰ ਲਾ ਫੋਨ ਬਈ ਹੁਣ ਇੱਥੇ ਹੀ ਲਾ ਸਪੀਕਰ ਤੇ ਕੈਮਰੇ ਤੇ ਲਾ ਕਦੇ ਕਹਿੰਦਾ 5 ਮਿੰਟ ਕਦੇ ਕਹਿੰਦਾ 10 ਮਿੰਟ ਨਹੀਂ ਮੈਨੂੰ ਵੀ ਸੱਦ ਲਿਆ ਕਹਿੰਦਾ ਪਹੁੰਚ 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 ਭਾਜੀ ਨਾਪ ਵੀ ਆਵੇ ਕਿਹੜੇ ਦੇ ਆ ਜਾ ਮੰਡੀ ਚ ਖੜੇ ਦੇਖ ਲੈ ਇੱਕ ਮਿੰਟ ਵੀਡੀਓ ਚੱਲ ਰਹੀ ਆ ਨਾਲ ਨਾਲ ਭਾਜੀ ਹੁਣੀ ਇੱਕ ਮਿੰਟ ਤਾਂ ਹੋ ਗਿਆ ਛੋਟੇ ਜੀ ਸਮਾਂ ਲਾਉਣ ਲੱਗਿਆ ਸਮਾਂ ਲਾ ਲਓ ਸਾਲਿਆ ਤੂੰ ਵੀ ਬਹੁਤ ਟੱਪਣ ਡਿਆ ਲੈ ਵੀ ਮਿੱਤਰਾ ਮੈਨੂੰ ਲੱਗਦਾ ਟ੍ਰੈਕਟਰ ਆ ਗਿਆ ਹੌਲਣ ਲਿਆਇਓ ਵੀ ਨਹੀਂ ਯਾਰ ਉਹ ਕਹਿੰਦਾ ਮੇਰੇ ਤੋਂ 60 ਆ 60 ਹੀ ਆ ਆਵਾਜ਼ ਗਾਣੇ ਬਹੁਤ ਉੱਚੀ ਲਾਏ ਬਾਕੀ 60 ਆ ਗਿਆ ਲੈ ਵੀ ਮਿੱਤਰ ਸਾਲਿਆ ਫੇਰ ਕੀ ਹੋ ਗਿਆ ਹੁਣ ਕਦੇ ਹੁਣ ਤਾਂ ਕੱਚਾ ਕਰਨ ਐਵੇਂ ਕੱਚਾ ਹੋਈ ਜਾਂਦਾ ਗਾਣੇ ਬੰਦ ਰੱਖ ਆ ਗਿਆ ਮੁੰਡਾ 2 ਘੰਟੇ ਹੋ ਗਏ ਆਉਂਦੇ ਹਨ 2 ਘੰਟੇ ਚੱਲ ਆ ਗਿਆ ਆ ਬੱਲੇ ਕਿੱਦਾਂ ਮੇਰਾ ਭਰਾ ਨਹੀਂ ਆ ਗਿਆ ਮੁੰਡਾ ਜੋ ਮਰਜ਼ੀ ਆ ਗਿਆ ਵੀ ਆ ਗਿਆ ਸਰਦਾਰ ਜੀ ਸਰਦਾਰ ਜੀ ਕਿੱਦਾਂ ਹੁਣ ਇੱਧਰ ਆ ਤਾਂ ਕੀ ਕਹਿੰਦਾ ਟਰਬੋ ਲਾਈ ਆ ਨਾ ਕਰ ਨਾ ਕਰ ਇਹਨੂੰ ਕਹਿੰਦੇ ਅੱਗ ਲੱਗਣ ਬੰਦ ਕਰ ਆ ਸੀਟੀ ਜੀ ਕਰ ਉਹ
ਓਏ ਹੋਏ ਟਰਬੋ ਤਾਂ ਕੀ ਹੋ ਜਾਂਦਾ ਕੀ ਹੁੰਦਾ ਟਰਬੋ ਭਾਜੀ ਪਤਾ ਨਹੀਂ ਹੋਈ ਦਾ ਨਵਾਂ ਨਵਾਂ ਲੂ ਹੋ ਜਾਂਦਾ ਹਾਂ ਕਹਿੰਦੇ ਤੇਲ ਮਤਲਬ ਰੇਸ ਲੈ ਕੇ ਕਿੱਥੇ ਟਰਬੋ ਉਧਰ ਹੀ ਸਾਈਡ ਅੱਛਾ ਦਿਖਾ ਨਾ ਮੈਨੂੰ ਕੀ ਭਾਜੀ ਤੁਹਾਨੂੰ ਪਤਾ ਹੀ ਆ ਨਹੀਂ ਦਿਖਾ ਦੇ ਅੱਜ ਹੀ ਕਰਾ ਕੇ ਲਿਆਇਆ ਹਾਂਜੀ ਭਾਜੀ ਸਾਲਿਆ ਤਾਂ ਹੀ ਉਹ ਡੱਪੀ ਜਾਣਾ ਕੱਲ ਦਾ ਨਹੀਂ ਕਿੰਨੇ ਦਿਨ ਹੋ ਗਏ ਅੱਧੇ ਗਲਾਸ ਪਲੇਟ ਪਾ ਕੇ ਲਿਆਇਆ ਉਹ ਲੱਗੀ ਭਾਜੀ ਹੁਣ ਕਿੱਧਰ ਆ ਆਹ ਵਾਲੀ ਆ ਟਰਬੋ ਹੀ ਆ ਕਿੰਨੇ ਪੈਸੇ ਲੱਗੇ ਟਰੈਕਟਰ ਤਾਂ ਸੋਹਣਾ ਮੁੰਡੇ ਦਾ ਭਾਜੀ ਮੈਂ ਦੇਖੋ ਆਪਣੀ ਜੁੱਟ ਸੀ ਅਸੀਂ ਆਪਣਾ ਲੈ ਕੇ ਆਏ ਗੱਲ ਪਹਿਲਾਂ ਗੋਗੀ ਨੂੰ ਬਾਜ ਬਾਜ ਕਿਹੜੀ ਗੱਲ ਹੋਈ ਗੋਗੀ ਇੱਧਰ ਆ ਭਾਈ ਨੂੰ ਦੱਸ ਪਹਿਲਾਂ ਕਿਹੜੀ ਗੱਲ ਹੋਈ ਜਿਹੜੀ ਗੱਲ ਹੋਈ ਸੀ ਕੇ ਆਪਣਾ ਲਿਆਉਣਾ ਇਹ ਕਹਿੰਦਾ ਚਲੋ ਕੋਈ ਨਾ ਕੋਈ ਨਾ ਉਹ ਵੀ ਆਪਣੇ ਲਾਲ ਰੰਗ ਦਾ ਚਾਹੀਦਾ ਸੀ ਪੈਂਟ ਹੋਰ ਦਵਾਵਰ ਆ ਆਵਾਜ਼ ਹੀ ਹੈ ਨੀ ਭੈਣ ਚੋ ਕਿੰਨਾ ਘੈਂਟ ਦਾ ਸਟਾਰਟ ਹੋਇਆ ਅੱਛਾ ਜੀ ਇਹ ਤਾਂ ਕੰਮ ਖਿੱਚਣਾ ਹੀ ਖਿੱਚਣਾ ਇਹ ਉਹ ਗੱਲ ਹੋਈ ਕਰਨ ਇਹਦਾ ਧੱਕਾ ਕੀਤਾ ਸਾਲਾ 50,000 ਦੀ ਸ਼ਰਤ ਲਾ ਕੇ ਸ਼ਰਤ ਕੈਂਸਲ 50,000 ਵਾਲੀ ਮੋੜ ਕੇ ਲਾਓ ਇੱਕ ਵਾਰ ਪਹਿਲਾਂ ਹਨੇਰਾ ਹੋ ਜਾਣਾ ਬਾਅਦ ਚ 10 HP ਬਹੁਤ ਹੁੰਦਾ ਆ ਬਾਕੀ ਦੇਖ ਲਾਂਗੇ ਹੁਣ ਬਾਕੀ ਮੁੰਡੇ ਤਿਆਰ ਬਰ ਤਿਆਰ ਆ ਸਾਲੀ ਸੀਟ ਹੀ ਬਹੁਤ ਤਕੜੀ ਮਾਰਦਾ ਮੁੰਡਾ ਆ ਗਿਆ ਗੱਲ ਇਹ ਆ ਭਾਵਾਂ ਹਾਰ ਹਾਂ ਆ ਗਿਆ ਹਾਰ ਜਿੱਤ ਦਾ ਕੁਛ ਨੀ ਹਾਰ ਜਿੱਤ ਲੱਗੀ ਆ ਕੋਈ ਚੱਕਰ ਨੀ ਪਰ ਆ ਗਿਆ ਮੈਨੂੰ ਕਹਿੰਦੇ ਆਉਣਾ ਨੀ ਕਰਨ ਕਹਿੰਦਾ ਜੀ ਕਰਨ ਕਰਨ ਪਿੱਛੇ ਹੋ ਜਾ ਤਿੰਨ ਕਰਦੀ ਇੱਕ ਦੋ ਤਿੰਨ ਇੱਕ ਦੋ ਤਿੰਨ ਲੈ ਗਿਆ ਬਈ ਲੈ ਗਿਆ ਮੁੰਡਾ ਤਿੰਨ ਤੇ ਕਰਿਆ ਬਸ ਓਏ ਬਸ ਨਹੀਂ ਰੋਕਿਆ ਹੀ ਰੋਕਿਆ ਹੇਰਾ ਫੇਰੀ ਕਰਨ ਡੇ ਨਹੀਂ ਰੋਕਿਆ ਹੀ ਇਹ ਹੇਰਾ ਫੇਰੀ ਆ ਮੈਂ ਰੋਕਿਆ ਹੀ ਇਹ ਗਲਤ ਆ ਹਾਂ ਮੇਰੇ ਪਾਸ ਤੂੰ ਉੱਥੇ ਰੋਕਿਆ ਮੇਰੇ ਕਹਿ ਰੋਕਣਾ ਹਾਂ ਟੈਨਸ਼ਨ ਨਹੀਂ ਬਸ ਪਹਿਲਾਂ ਸੰਗਲ ਟੈਟ ਕਰ ਹੌਲੀ ਹੌਲੀ ਕਰ ਸੰਗਲ ਟੈਟ ਕਰ ਪਹਿਲਾਂ ਕੋਈ ਨਾ ਪਰਨਾ ਸਿੱਟ ਦੂਗਾ ਓਏ ਪਰਨਾ ਸਿੱਟਣਾ ਉਹਨੇ ਪਰਨਾ ਇਹ ਰੁਕ ਜਾ ਖਿੱਚ ਪਾ ਲਾਂਦੇ ਪੂਰੀ ਏ ਡਰੇ ਹੋ ਜਾ ਪਿੱਛੇ ਨੂੰ ਪਾ ਰੁਕ ਜਾ ਪਿੱਛੇ ਨੂੰ ਹੋਇਓ ਵੀਰੇ ਏ
ਪਹਿਲਾਂ ਤੋੜਤਾ ਅਰਜਨ ਨੇ ਅਰਜਨ ਪਹਿਲਾਂ ਤੋੜਿਆ ਅਰਜਨ ਪਹਿਲਾਂ ਤੋੜਤਾ ਜੀ ਇਹ ਜ਼ਿਆਦਾ ਪਹਿਲਾਂ ਹੀ ਤੂੰ ਉਹਨੂੰ ਇਸ਼ਾਰਾ ਮਾਰਿਆ ਪਤਾ ਨਹੀਂ ਕੀ ਅਰਜਨ ਪਹਿਲਾਂ ਤੁਰਿਆ ਜੀ ਨਹੀਂ ਉਹਦਾ ਵੀ ਅਰਜਨ ਪਹਿਲਾਂ ਤੁਰ ਪਿਆ ਜੀ ਬਰਾਬਰ ਕਰੋ ਲਾਸਟ ਆ ਲਾਸਟ ਨਹੀਂ ਨਹੀਂ ਯਾਰ ਬਰਾਬਰ ਕਰੋ ਬਰਾਬਰ ਤੋਰੋ ਯਾਰ ਬਰਾਬਰ ਤੋਰੋ ਲਾਸਟ ਆ ਵੀਰੇ ਬਰਾਬਰ ਤੋਰੋ ਯਾਰ ਬਰਾਬਰ ਭਾ ਬਰਾਬਰ ਤੋਰੋ ਯਾਰ ਓਏ ਸਿੱਧਾ ਕਰ ਸਿੱਧਾ ਲਾਸਟ ਆ ਲਾਸਟ ਨਹੀਂ ਉੱਥੇ ਲੈ ਜਾਓ ਉੱਥੇ ਅੱਗੇ ਲੈ ਜਾਓ ਵੀਰੇ ਲੈ ਜਾਓ ਯਾਰ ਨਹੀਂ ਮੁੰਡਾ ਇਹ ਐਤਕੀ ਯਾਰ ਤੁਸੀਂ ਨੱਚਣ ਜਲਦੀ ਲੱਗ ਪੈਂਦੇ ਆ ਗਰਮ ਨਹੀਂ ਗੇ ਗਰਮ ਇਹ ਗਲਤ ਹੋ ਜਾਂਦਾ ਇਹਨੂੰ ਗਰਮ ਨਹੀਂ ਕਹਿੰਦੇ ਉਹ ਕਰੀ ਜਾਂਦਾ ਜ਼ਿਆਦਾ ਗਰਮ ਹੈ ਤੁਹਾਡੇ ਨਾਲੋਂ ਵੀ ਉਹ ਕਿੱਧਰ ਨੂੰ ਲਈ ਫਿਰਦਾ ਕੀ ਕਰੇ ਹਾਂ ਸਹੀ ਆ ਬ੍ਰੇਕ ਮਾਰ ਕੇ ਮੋੜ ਦੋ ਕੀ ਕਰਦਾ ਕਿੱਦਾਂ ਮੋੜਨ ਡਏ ਆ ਕਿੱਧਰ ਨੂੰ ਲੈ ਗਿਆ ਇਕਦਮ ਹੀ ਪਤਾ ਨਹੀਂ ਕਾਹਦੀ ਇਹਨਾਂ ਦੀ ਗਰਾਰੀ ਫਸੀ ਆ ਇਕਦਮ ਗੁੱਸਾ ਹੀ ਲਾਉਣ ਡਏ ਆ ਉਹ ਮੁੰਡੇ ਆਏ ਆ ਚੋਬਰ ਤਿੰਨ ਜਾਣੇ ਹੈਗੇ ਹੈਗੇ ਸਲੇਮਪੁਰ ਤੋਂ ਗੱਲ ਹੋਈ ਸੀ ਫਾਰਮ ਨਾਲ ਮੈਸੀ ਪਾਉਣ ਦੀ ਇਹਦੀ ਅਤੇ ਬਾਕੀ ਭਾ ਹੁਣੀ ਲੈ ਆ ਆਹ ਜਿਹੜਾ ਦੱਸਿਆ ਹੀ ਆ ਅਰਜਨ ਅਤੇ ਉਹ ਉਹਨਾਂ ਜਿਹੜੀ ਗੱਲ ਹੋਈ ਸੀ ਉਹ ਲਿਆ ਹੀ ਲਿਆ ਇਹਨੂੰ ਐਜ਼ ਆ ਫਨ ਲਓ ਪਰ ਨਹੀਂ ਨਹੀਂ ਆਇਆ ਟਰੈਕਟਰ ਆਏ ਆ ਚੱਲ ਛੱਡੋ ਇਹ ਗੱਲ ਕੱਢ ਦੋ ਮਿਹਰਬਾਨੀ ਕਰਿਓ ਹੁਣ ਮੈਨੂੰ ਇੱਕ ਦੋ ਤਿੰਨ ਕਰਨ ਦਿਓ ਆ ਦੇਖੋ ਭਾਜੀ ਇੱਕ ਦੋ ਤਿੰਨ ਪੂਰੇ ਪੂਰੇ ਰੈਦਮ ਚ ਸਿੱਟੂਗਾ ਉਹ ਜਿਹੜਾ ਪਾਰਨਾ ਉਹ ਪਤਾ ਨਹੀਂ ਕਿਹੜੇ ਵੇਲੇ ਡੈਪਣਾ ਜਿਹੜਾ ਏਦਾਂ ਏਦਾਂ ਤੇ ਏਦਾਂ ਹਾਂ ਉੱਧਰ ਚੱਲ ਜਾਣਾ ਹੋਰ ਰੈਦਮ ਚ ਜਾਣਾ ਯਾਰ ਪਾਰਨੇ ਦਾ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਡੈਪਣਾ ਇਹ ਨਹੀਂ ਯਾਰ ਏਦਾਂ ਛੱਡੂਗਾ ਤਾਂ ਓਏ ਹਾਂ ਪਰੇ ਹੋ ਜਾਓ ਚੱਲ ਜਾਓ ਯਾਰ ਪਰੇ ਖਿੱਚ ਪਾ ਲਓ 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 ਖਿੱਚ ਇਹ ਰੁਕ ਜਾਓ ਦੇਖੋ ਇੱਕ ਦੋ ਤਿੰਨ ਲੈ ਗਿਆ ਚੱਲ ਬਈ ਹਰ ਗਿਆ ਹੁਣ ਇਸ ਵਾਰ ਫਾਈਨਲ 'ਚ 60 ਰਿਹਾ ਬਾਕੀ ਤੁਸੀਂ ਵੀ ਸਿਆਣੇ ਆ ਇੱਕ ਹੋਰ ਆ ਗਿਆ ਹੋਲੈਂਡ ਆ ਗਿਆ ਇਹਨਾਂ ਦਾ ਇਹ ਹੁਣ ਹੋਲੈਂਡ ਆਇਆ 60 ਦੇ ਨਾਲ ਪਰ ਨਹੀਂ ਹੁਣ ਤਾਂ ਚਲੋ ਇੰਨਾ ਹੋ ਗਿਆ ਧੱਕਾ ਥੋੜ ਕਰਾਂਗੇ ਇਹ ਚਾਹੁੰਦੇ ਆ ਕਰਨ ਨੂੰ ਨਹੀਂ ਚਾਹੁੰਦੇ 60 ਫਿਰ ਚੱਲ ਸਾਲੇ ਹੁਣ ਤਾਂ ਤੁਸੀਂ ਤਾਂ ਉਹਨੂੰ ਧੱਕਾ ਹੀ ਕਰਨ ਨੂੰ ਫਿਰਦੇ ਆ ਮੈਸੀ ਲਿਆਉਣਾ ਫਿਰ ਮੈਸੀ ਲਿਆਉਣਾ ਘਰ ਨੂੰ ਕਦੋਂ ਜਾਵੇ ਖੜਾ ਰਹਿਣ ਦਾ ਤੁਸੀਂ ਤਾਂ ਜਾਣ ਕੇ ਕੱਚਾ ਕਰਨ ਨੂੰ ਹੋਏ ਆ ਕਰ ਲਾ ਬੰਦ ਜਿੱਤੇ ਨਾ ਜਿੱਤਾ ਪਾਉਣਾ ਬਣਦਾ ਬਣਦਾ ਤਾਂ ਇਹ ਆ ਹਾਂ ਅਸੂਲ ਹਾਂ ਅਸੂਲ ਇਹ ਹੁੰਦਾ ਤੂੰ ਤਾਂ ਹਰ ਮੰਨ ਲਈ ਬਸ ਫਿਰ ਚੁੱਪ ਕਰ ਜਾ ਕਿਉਂਕਿ ਤੇਰਾ ਮੈਸੀ ਲਿਆਉਣਾ ਪੈਣਾ
ਕਿਉਂਕਿ ਮੰਨਿਆ ਤੂੰ ਮੈਸੀ ਤੇ ਵੀ ਸੀ ਮੈਸੀ ਨੀ ਲਿਆਇਆ ਤੁਸੀਂ ਦੋਨੀ ਜਬਾਨ ਦੇ ਕੱਚੇ ਆ ਠੀਕ ਆ ਦੋਨੀ ਦੋਨੀ ਕੱਚੇ ਆ ਮਸਾਂ ਲਵਾ ਕੇ ਲਿਆਇਆ ਆਹ ਤਾਂ ਹੁਣ ਇਹਨੂੰ ਪਤਾ ਇਕਦਮ ਲੈਣਾ ਵੀ ਨੀ ਗਾ ਤੈਨੂੰ ਵੀ ਪਤਾ ਹੁਣ ਇਹ ਲਵਾ ਕੇ ਲਿਆ ਕਿੱਦਾਂ ਲਾ ਦੂ ਤੁਸੀਂ ਤਾਂ ਧੱਕਾ ਹੀ ਕਰਨ ਨੂੰ ਫਿਰਦੇ ਕੁੱਕੜ ਪਿੰਡ ਆ ਤਾਂ ਕਹਿੰਦੇ ਧੱਕਾ ਹੀ ਕਰ ਛੱਡ ਉਹ ਵੀ ਡਰ ਬਈ ਕਿਹੜੇ ਵਾਲਾ ਅਮਨਾ ਕਿਹੜਾ ਹੁਣ ਮੁੰਡਾ ਆਪਣਾ ਹੀ ਉਹ ਤਾਂ ਆਉਂਦਾ ਹੀ ਦੱਸਿਆ ਹਾਂ ਬਈ ਦੱਸਿਆ ਦੱਸਿਆ ਕੋਈ ਸ਼ੱਕ ਨੀ ਕੋਈ ਸ਼ੱਕ ਨੀ ਉਹ ਭਾਜੀ ਬੈਠੇ ਓਨਰ ਜਿਹੜਾ ਡਰਾਈਵਰ ਇਹ ਆਉਂਦਾ 55 ਐਚਪੀ ਦਾ ਮੈਂ ਉਦਾਂ ਗੁੱਸਾ ਨਹੀਂ ਕਰਦਾ ਟਰਬੋ ਲਵਾ ਲਈ 60 ਦਾ ਹੋ ਗਿਆ ਉਹ 65 ਐਚਪੀ ਦਾ ਆਉਂਦਾ ਭਾਜੀ ਨੇ ਤਕੜਾ ਮੈਂ ਦੂਜੇ ਤੇ ਰੱਖਿਆ ਸੀ ਦੋਨੀ ਮੁੱਕਰ ਗਏ ਤੁਸੀਂ ਵਾਰੇ ਤਾਂ ਦੋਨੀ ਮੁੱਕਰ ਦੋਈ ਤੂੰ ਵੀ ਸਾੜਿਆ ਪਿੱਛਿਓ 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 ਤੂੰ ਵੀ ਟਰਬੋ ਤੇ ਆ ਗਿਆ ਨਾ ਮਤਲਬ ਪਹਿਲਾਂ ਹੀ ਲਵਾ ਕੇ ਆਇਆ ਉਹ ਵੀ ਪਹਿਲਾਂ ਹੀ ਤੂੰ ਅੱਜ ਲਵਾ ਕੇ ਆਇਆ ਉਹ ਵੀ ਆ ਗਿਆ ਹੋਰ ਇੱਕ ਵਾਰ ਪਾਲਾ ਦੇਖੀ ਜਾਊ ਦੇਖੀ ਜਾਊ ਦੇਖੀ ਜਾਊ ਨਹੀਂ ਖਿੱਚ ਲੈਣਾ ਉਹ ਯਾਰ ਗੇੜਾ ਕਈ ਵਾਰ ਪਤਾ ਨਹੀਂ ਹੁੰਦਾ ਪਾਲਾ ਕੋਈ ਨਾ ਇੱਕ ਵਾਰ ਹਾਰ ਹੋ ਜਾਊ ਓਏ ਜੇ ਮਾੜਕ ਹੋ ਵੀ ਗਿਆ ਓਏ ਬਾਅਦ ਚ ਉਹ ਪਾ ਲਾਂਗੇ ਮਾਮਾ ਬਾਅਦ ਚ ਉਹ ਪਾ ਲਾਂਗੇ ਯਾਰ ਸਮਝਿਆ ਕਰ ਪਾ ਕੋਈ ਨੀ ਓਏ ਬੰਦ ਲਿਆ ਪਾਉਣ ਲੱਗਾ ਜ਼ਿਆਦਾ ਦੂਰ ਤੱਕ ਨਹੀਂ ਖਿੱਚਣਾ ਜੇ ਖਿੱਚਿਆ ਗਿਆ ਹੈਨਾ ਜਿਹਨੇ ਹੋਰ ਮਾਰਤਾ ਉਹਨੇ ਰੋਕ ਦੇਣਾ ਆ ਅਹੂੜ ਬਾਜੀ ਹੋਲੜ ਬਾਜੀ ਜਾਂ ਕੁਛ ਨਹੀਂ ਗਾ ਬਸ ਬਸ ਕਰੀ ਤਾਂ ਜਾਂਦਾ ਆ ਹੋਰ ਕਿੰਨੀ ਕਰਨੀ ਆ ਕਹਿੰਦਾ ਹੋਲੜ ਬਾਜੀ ਨਹੀਂ ਕਰਦੇ ਮੈਂ ਕਰੀ ਤਾਂ ਜਾਂਦਾ ਆ ਗੇਟਕ ਜੀ ਚੱਲ ਉਹ ਅੱਗੇ ਆ ਗਿਆ ਹੁਣ ਮੁੰਡਾ ਦੇਖਦੇ ਆ ਹੈ ਮੈਨੂੰ ਪਤਾ ਸਾਰਾ ਇਹਦਾ ਤੁਸੀਂ ਕਾਰਨ ਦਾ ਧੱਕਾ ਕੋਈ ਨਾ ਹੋਰ ਵੀਰੇ ਕਿੱਦਾਂ ਹਾਲ ਹੈ ਜੀ ਉਹ ਮੈਨ ਉਹ ਠੀਕ ਆ ਇੱਕ ਵਾਰ ਇੱਥੇ ਪਾਉਣਾ ਇੱਕ ਵਾਰ ਬਾਅਦ ਚ ਜਿੱਤੇ ਵਾਲਾ ਉਹਨਾਂ ਪਾਊ ਇਹ ਵੀ ਗੱਲ ਆ ਫਿਰ ਉਹ ਵੀ ਦੇਖ ਲਾਂਗੇ ਉਹ ਕਹਿੰਦਾ ਕਿੱਧਰ ਜਾਣ ਦੇ ਕੀ ਕਰਨ ਦੇ ਪੇਸ਼ ਕੀ ਕਰਨ ਦੇ ਪਰ ਆ ਤੇਰੇ ਨਾਲ ਦਾ ਮੁੰਡਾ ਕਮਲ ਕਦੇ ਕੁੱਟਣ ਦਾ ਉਹਨੂੰ ਕਹਿ ਆ ਜਾ ਸੜਕ ਤੇ ਜਾਣਾ ਕਹਿੰਦਾ ਓਏ ਆ ਜਾ ਉੱਥੇ ਆ ਜਾ ਕਹਿੰਦੇ ਆ ਜਾ ਲੈ ਆ ਜਿੱਥੇ ਵੀ ਇਹ ਵੀ ਮਿੱਤਰੋ ਹੁਣ ਆਹ ਮੁਕਾਬਲਾ ਹੋ ਰਿਹਾ ਆ 36 ਦੀ ਤੇ ਫਾਰਨ ਟਰੈਕ 60 ਚ ਕਰ ਲਓ ਗੱਲਾਂ ਬਹਿ ਜਾਓ ਤੇ ਇੱਕ ਜਣਾ ਉੱਥੇ ਬਹਿ ਜਾਓ ਭਾਰ ਪਾ ਲਓ ਟਾਇਰਾਂ ਤੇ
ਸਾਲੇ ਚਲਾਕ ਬਹੁਤ ਆ, ਟੈਰਾਂ 'ਤੇ ਭਾਰ ਪਾਉਂਦੇ ਆ ਪੂਰਾ, ਕਿੰਨੇ ਕੁ ਨਾਲ ਕੀ ਪੈ ਜੂਗਾ ਫਰਕ ਜਿੱਤ ਹਾਰ ਤਾਂ ਹਾਸੇ। ਜਿਹੜਾ ਭਰਾ ਟਰੈਕਟਰ ਚਲਾਉਂਦਾ ਸੀ ਨਾ ਉਹ ਸਿਆਣਾ ਸੀ, ਉਹਨੇ ਕੋਈ ਚਾਅ ਨਹੀਂ ਕੀਤਾ, ਉਹਨੇ ਕੁਛ ਨਹੀਂ, ਬਾਕੀ ਕਿ ਨਿਆਣਪੁਣਾ ਕਰੀ ਜਾਂਦੇ ਕਈ ਬੰਦੇ, ਆ ਕਰਨ ਹੀ ਆਪਣਾ ਬਹੁਤ ਨਿਆਣਾ ਹੈ, ਮੈਂ ਤਾਂ ਅੱਜ ਦੇਖਿਆ। ਹੁਣ ਦੇਖਦੇ ਹਾਂ ਹੋਲੈਂਡ ਲਿਆਉਂਦਾ ਇਹਨਾਂ ਨੇ, ਚਲੋ ਉਹਦੇ ਵੀ ਗੇੜੇ ਗੂੜੇ ਵਧਾਏ, ਹੁਣ ਰੱਬ ਜਾਣੇ ਮੈਨੂੰ ਕੀ ਪਤਾ, ਮੈਂ ਕਿਹੜਾ ਟਰੈਕਟਰ ਦੇਖਿਆ ਇਹਨਾਂ ਦਾ, ਅਤੇ ਬਾਕੀ ਇਹ ਵੀ ਤਿਆਰ ਹੋ ਗਿਆ ਆ। ਮੁੰਡੇ ਦੇਖ ਲਾ ਨੋਰਮਲ ਟੋਜਨ ਨੂੰ ਕਿਹਾ ਸੀ ਤਾਂ ਕਿੱਦਾਂ ਤਿਆਰ ਹੋ ਗਿਆ ਆ, ਸੀਟੀਆਂ ਸੂਟੀਆਂ ਪਰਵਾਉਣ ਡਿਆ ਪੂਰੀਆਂ। ਤੂੰ ਪੈਣਾ ਆ, ਤਿੰਨ ਗਿਣਨੇ ਤਿੰਨ, ਖਿੱਚ ਲਓ ਇੱਧਰ ਦੇਖੋ, ਇੱਕ ਦੋ ਤਿੰਨ, ਲੈ ਗਿਆ, ਲੈ ਬਈ ਲੈ ਗਿਆ, ਬੜਾ ਜਾਮਲ ਦੇ ਹੀ, ਲੈ ਬਈ ਲੈ ਗਿਆ, ਲੈ ਬਈ ਬਸ ਕਰਵਾ ਲਈ, ਬਸ 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 ਬਸ, ਮੈਂ ਤਾਂ ਕਹਿਤਾ ਫੇਰ ਬੰਦ ਹੌਲੀ ਕਰ, ਦਿਲ ਤੇ ਨਾ ਲਾ, ਬਹਿ ਜਾ ਤੂੰ, ਬਹਿ ਜਾ ਤੂੰ, ਜਿੱਤੇ ਜਿੱਤੇ ਤੇ ਹਾਰ ਪਾਤੀ ਯਾਰ, ਮੈਂ ਨੀ ਕਹਿੰਦਾ, ਆਹ ਮੈਂ ਕੁਛ ਨੀ ਕਿਹਾ, ਮੇਲੇ ਤੇ ਦਿਲ ਆ, ਮੇਲੇ ਤੇ ਦਿਲ ਆ, ਰੁਕਿਓ ਖਿੱਚ ਪਾ ਲਓ ਪਹਿਲਾਂ, ਪਰੇ ਹੋ ਜਾਓ ਪਰੇ ਹੋ ਜਾਓ, ਰੇਸ ਦੇ ਲਓ ਪਹਿਲਾਂ ਰੇਸ ਦੇ ਲਾ, ਇੱਕ ਖਿੱਚ ਪਾ ਲਾ ਖਿੱਚ ਪਾ ਲਾ ਖਿੱਚ ਪਾ ਲਾ ਵੀਰੇ, ਖਿੱਚ ਖਿੱਚ ਪਾ ਲਾ ਖਿੱਚ ਪਾ ਲਾ ਖਿੱਚ ਪਾ ਲਾ, ਇੱਕ ਦੋ ਤਿੰਨ, ਲੈ ਗਿਆ ਲੈ ਗਿਆ, ਬੰਦ ਹੋ ਗਿਆ ਬੰਦ ਹੋ ਗਿਆ ਬੰਦ ਹੋ ਗਿਆ ਬੰਦ ਹੋ ਗਿਆ, ਬਸ ਠੀਕ ਹੈ, ਉਦਾਂ ਵੀ ਲੈ ਗਿਆ, ਚੱਲ ਬੰਦ ਰਹਿੰਦੇ ਪਲਵਾਨ ਲੱਕੀ ਨਿਕਲਿਆ, ਆ ਬਹੁਤ ਆ ਤਾਂ ਯਾਰ ਘਾਟਾ ਕਰਨੇ ਆਪ ਗਏ, ਘਾਟਾ ਹੋਲੈਂਡ ਘਾਟਾ ਆਪ ਕਰਾ ਲਿਆ, ਦੋ ਜਿੱਤ ਗਏ ਬਸ ਹਾਰ ਗਿਆ ਗੱਲ ਖਤਮ, ਉਹ ਵੀ ਰੋਡ ਤੇ ਲੈ ਆਈਏ, ਆਹੋ ਉਹ ਕਹਿੰਦਾ ਪਹਿਲਾਂ ਵੀ ਹਾਰਿਆ ਅਰਜਨ ਵੀ ਲਿਓ, ਆਹੋ ਹਾਰ ਜਿੱਤ ਹੈਗੀ, ਚਲੋ ਇਹ ਤਾਂ ਸਿਰਾ ਹੀ ਲਾਤਾ ਸਿਰਾ ਹੀ ਲਾਤਾ, ਸੋਹਣ ਲੱਗੇ ਇਹ ਜਿਹੜਾ ਅਖੀਰ ਤੇ ਸਿਰ, ਫਿਰ ਰੁਕ ਜਾ ਫੇਰ ਕਰਨ ਲੱਗੇ ਆ, ਰੁਕ ਜਾ ਰੁਕ ਜਾ ਰੁਕ ਜਾ, ਕਾਰਨ ਪਤਾ ਨੀ ਕਿਹੜਾ ਆ, ਕੁਝ ਹੈ ਨੀ ਸੀ, ਉਹ ਰਾਹ ਬਦਲਣ ਡਿਆ ਭਾ, ਸਿੱਧਾ ਕਰੋ ਯਾਰ ਬਿੰਗਾ ਕਾ ਹੋ ਰਿਹਾ ਏ, ਸਿੱਧਾ ਕਰ ਸਿੱਧਾ, ਰੁਕ ਜਾ ਸਿੱਧੇ ਨੀ ਇਹ ਡਰਾਈਟਰ, ਰੁਕ ਜਾ ਖਿੱਚ ਪਾ, ਇਹ ਇੱਕ ਦੋ ਤਿੰਨ, ਲੈ ਗਿਆ, ਬਹੁਤੀ ਬੇਇੱਜ਼ਤੀ ਆ ਬਹੁਤੀ ਬੇਇੱਜ਼ਤੀ ਆ ਬਹੁਤੀ ਬੇਇੱਜ਼ਤੀ, ਬਸ 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 ਓਏ ਬਸ ਬਸ ਬਸ, ਕਾਹਨੂੰ ਕਰਦੇ ਹੈ, ਲਿਓ 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 ਕਰਨ ਕੀ ਕਰਾਤਾ, ਮੁੰਡਾ ਬਹੁਤ ਲੱਕੀ ਸੀ ਚੋਪਰ, ਇਹਨਾਂ ਤਿੰਨ ਵਾਰ ਪਾ ਲਿਆ ਓਏ, ਫਿਰ ਪਾਉਣਾ
ਉਹ ਰਹਿਣ ਦੇ ਹਰ ਗਿਆ ਆਹੋ ਕਹਿੰਦਾ ਸੈੱਟ ਕਰ ਲਈਏ ਨਾ 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 ਇਹ ਕਹਿੰਦਾ ਤੈਂ ਫੇਰ ਉਹਨਾਂ ਪਾਉਣਾ ਹੱਲੇ ਨਹੀਂ ਹੁਣ ਨਹੀਂ ਬਸ ਤਿੰਨ ਹੋ ਗਏ ਉਹਨਾਂ ਪਾ ਲਓ ਹਾਂ ਉਹਨਾਂ ਪਾ ਲਓ ਇੰਨਾ ਹੁਣ ਬਸ ਹੋ ਗਿਆ ਇੰਨਾ ਹੋ ਗਿਆ ਇੰਨਾ ਥੋੜ੍ਹਾ ਵਾਰ ਵਾਰ ਹਾਂ ਜੋ ਜੋ ਮਰ ਆਹ ਗੱਲ ਉਹ ਜਾ ਨਹੀਂ ਨਹੀਂ ਹੁਣ ਕੰਮ ਹੀ ਨਹੀਂ ਕੋਈ ਪਹਿਲੋਂ ਕਰ ਲੈਂਦੇ ਹੁਣ ਬਸ ਇੱਕੋ ਬਸ ਖਤਮ ਮੇਰੀ ਗੱਲ ਸੁਣ ਏਦੂ ਬਾਅਦ ਤੁਸੀਂ ਆਰਾਮ ਨਾਲ ਬਹਿ ਕੇ ਚੱਲ ਜਾਣਾ ਬਾਅਦ 'ਚ ਮਿਲਦੇ ਆਪਾਂ ਗਾਂਹ ਜਾ ਕੇ ਮੈਂ ਵੀ ਚੱਲਾਂ ਠੀਕ ਆ ਐਵੇਂ ਹੁੱਲੜਬਾਜੀ ਚੰਗੀ ਨਹੀਂ ਹੁੰਦੀ ਚੰਗਾ ਨਹੀਂ ਲੱਗਦਾ ਹੈ ਨਾ ਕੋਈ ਆਇਆ ਨਹੀਂ ਨਹੀਂ ਤੁਸੀਂ ਤਾਂ ਆਏ ਆ ਅਸੀਂ ਆਏ ਹਾਂ ਕਮਲ ਕੁੱਟਣ ਡਿਆ ਆਹ ਹੈ ਨਾ ਨਿਆਣਾ ਹੈ ਨਾ ਨਿਆਣੇ ਆ ਕੌਣ ਕਰਨ ਆ ਆਹੀ ਆਪਣਾ ਮੁੰਡਾ ਹੁਣ ਵੀਰੇ ਦੇਖਿਓ ਇੱਕ ਦੋ ਤਿੰਨ ਲੈ ਬਈ ਬਹਿ ਗਿਆ ਬਸ 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 ਲੈ ਆ ਦੇਖੋ ਆ ਖੁਸ਼ੀ ਦੇਖਿਓ ਇਹਦੀ ਕਰਨ ਕਾਹਦੇ ਦਿਲ ਤੇ ਲਾਉਣਾ ਤੁਹਾਡੇ ਪਿੰਡ ਆ ਮਜ਼ੇ ਤਾਂ ਲਾਇਆ ਜਿੰਨੇ ਮਰਜ਼ੀ ਮਜ਼ੇ ਲੈਂਦੇ ਤਾਂ ਉਹ ਲਾ ਪਹਿਲੋਂ ਸਾੜਿਓ ਓਏ ਸਾੜਿਆ ਬੰਦਾ ਬੰਦਾ ਮਾਰ ਬਸ ਬੰਦ ਕਰ ਦੇ ਬੰਦ ਕਰ ਦੇ ਬਸ ਕਰ ਬਸ ਕਰ ਬਸ ਕਰ ਬਸ ਕਰ ਰਹਿਣ ਦੇ ਹੁਣ ਰਹਿਣ ਦੇ ਹੁਣ ਏਦਾਂ ਕਰੋ ਮੈਂ ਵੀ ਜਾਣਾ ਬੈਠੋ ਤਾਂ ਜੋਈ ਬਹੁਤ ਵਧੀਆ ਹੋਇਆ ਬਹੁਤ ਵਧੀਆ ਹੋਇਆ ਜਿੰਨੀ ਮਰਜ਼ੀ ਜਿਹੜਾ ਛੱਡ ਕਿੱਧਰ ਗਿਆ ਕਿੱਧਰ ਗਿਆ ਕਿੱਧਰ ਗਿਆ ਉਹ ਕਿੱਥੇ ਗਿਆ ਕਾਰਨ ਕਿੱਥੇ ਗਿਆ ਆਹੋ ਨੋਰਮਲ ਗੱਲਾਂ ਕੱਢ ਡੋਜਨ ਵਧੀਆ ਜੋ ਬਹੁਤ ਘੈਂਟ ਆ ਬਹੁਤ ਘੈਂਟ ਬਹੁਤ ਘੈਂਟ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਲੈ ਤੂੰ ਵੀ ਨਾਲ ਹੀ ਹੈਗਾ 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 ਰੱਬ ਜਾਣੇ ਸੀਗਾ ਹਾਂ ਬਹੁਤ ਫੋਨ ਆਏ ਮੈਨੂੰ ਪਤਾ ਮਿਸ ਕੋਲ ਆ ਫੋਨ ਦੇਖੋ 11:30 ਵਜੇ ਦਾ ਆ ਰਿਹਾ ਹੁਣ ਚੱਲ ਛੱਡੋ ਛੱਡੋ ਕੱਢ ਤੇ ਤੂੰ ਜਾ ਮੈਂ ਵੀ ਜਾਵਾਂ ਓਕੇ ਓਕੇ ਆਹੋ ਆਹੋ ਨਹੀਂ ਰਹਿਣ ਦੇ ਕੋਈ ਨਾ ਕੋਈ ਨਾਰਮਲ ਚੱਲ ਤੁਰੋ ਨਹੀਂ ਛੱਡ ਚੰਗਾ ਨਹੀਂ ਲੱਗਦਾ ਐਵੇਂ ਉਹਨਾਂ ਦਾ ਵੀ ਟਰੈਕਟਰ ਖਰਾਬ ਹੋਣ ਦੇ ਰਹਿਣ ਚਲੋ ਕੱਢਣਾ ਤਾਂ ਕੱਢ ਲਓ ਕੋਈ ਨਾਰਮਲ ਜੀ ਗੱਲ ਆ ਆਹੋ ਏਡੀ ਕੋਈ ਗੱਲ ਨੀ ਆ ਉਹ ਫਿਰ ਹੁਣ ਫਿਰ ਘਾਟਾ ਹੋ ਗਿਆ ਤਾਂ ਬਹੁਤਾ ਹੀ ਹੋ ਜਾਣਾ ਵੈਸੇ ਤਾਂ ਜਿੱਤ ਹੈ ਰਹਿਣ ਦੋ ਛੱਡੋ ਰਹਿਣ ਦੋ ਨਾਰਮਲ ਆ ਨਾਰਮਲ ਆ ਦੋਨੀ ਜਿੱਤ ਗਏ ਇੱਕ ਵਾਰ ਜਿੱਤ ਗਏ ਹਾਂ ਗਲਤ ਹੋ ਜਾਂਦਾ ਯੋ ਬਰੋ ਚੰਗਾ ਤੁਸੀਂ ਆਏ ਮੇਰੇ ਕਰਕੇ ਭਰਾ ਹੋਰ ਆ ਕੌਣ ਹੈ ਚੋਬਰ ਹੋਣਾ ਹੈ ਸਾਡੇ ਤੁਹਾਡੇ ਉਹ ਕੱਲ ਸਾਰਾ ਪ੍ਰੋਗਰਾਮ ਹੁੰਦਾ ਯਾਰ ਪਤਾ ਨਹੀਂ ਕਾਹਦੇ ਹੈ ਲਾਤਾ ਇਹ ਗੱਲ ਮੈਂ ਕਹਿਣੀ ਚਾਹੁੰਦਾ ਮਜ਼ਾਕ ਨਹੀਂ ਸਿਰਾ ਲਾਤਾ ਜੋ ਵੀ ਆ ਦੋਨਾਂ ਨੇ ਹਾਂ ਆਏ ਹਾਂ
ਤੂੰ ਹਨਾ ਹੁੱਲੜਬਾਜੀ ਬਹੁਤ ਕਰਦਾ, ਸਹੀ ਗੱਲ ਕਰਦਾ ਹਨਾ, ਨਿਆਣਾ ਬਣ ਜਾਂਦਾ ਚੰਗੀ ਗੱਲਾਂ ਨਹੀਂ, ਮਜ਼ੇ ਸਾਲਿਆ ਇਹੀ ਨੀ ਤੇਰੇ, ਜਦੋਂ ਜ਼ਿਆਦਾ ਮਜ਼ੇ ਮੇਰੇ ਦਿਮਾਗ 'ਚ ਤੂੰ ਜ਼ਿਆਦਾ ਕਰ ਜਾਂਦਾ, ਨਿਆਣਾ ਬਣ ਜਾਂਦਾ ਖੁਸ਼ ਤਾਂ ਇਹੀ ਕਿਹੜਾ ਭੈਣ ਚ ਰੂਣ ਡੈ ਇਹੀ ਕਿਹੜਾ ਬੈਣ ਪਾਉਣੇ ਤੂੰ ਕਮਲ, ਪਤਾ ਕੀ ਪਿੰਡ ਆਏ ਤੂੰ ਪਾਣੀ ਦੀ ਬੋਤਲ ਨੀ ਪੁੱਛੀ ਸਾਡੇ ਇਸ ਟਾਈਮ ਤੱਕ ਨਾ ਤਿੰਨ ਵਾਰ ਚਾਹ ਪਿਲਾ ਦੇਣਾ ਉਹਨਾਂ ਹੈਂ।